ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ GK ਯੂਟਿਊਬ ਚੈਨਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਆਪਣਾ ਵੋਟਰ ਕਾਰਡ ਆਪਣੇ ਮੋਬਾਈਲ ਰਾਹੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ। ਦੋਸਤੋ, ਇਸ ਵੀਡੀਓ ਰਾਹੀਂ ਤੁਸੀਂ ਆਸਾਨੀ ਨਾਲ ਆਪਣਾ ਵੋਟਰ ID ਕਾਰਡ ਡਾਊਨਲੋਡ ਕਰ ਸਕਦੇ ਹੋ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡਾ ਯੂਟਿਊਬ ਚੈਨਲ ਪੰਜਾਬ GK ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ। ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ। ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਪਲੇ ਸਟੋਰ 'ਤੇ ਜਾਣਾ ਹੈ। ਪਲੇ ਸਟੋਰ ਓਪਨ ਕਰਨ ਤੋਂ ਬਾਅਦ ਤੁਸੀਂ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਜਿਸ ਦਾ ਨਾਮ ਹੈ ਵੋਟਰ ਹੈਲਪਲਾਈਨ। ਮੈਂ ਆਲਰੇਡੀ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਹੋਇਆ। ਇਸ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਐਗਰੀ ਅਤੇ ਨੈਕਸਟ ਵਾਲਾ ਬਟਨ ਦਬਾ ਦੇਣਾ। ਜੋ ਪਰਮਿਸ਼ਨਾਂ ਮੰਗੂਗਾ ਦੋਸਤੋ, ਉਸ ਨੂੰ ਅਲਾਓ ਕਰ ਦੇਣਾ ਤੁਸੀਂ। ਦੋਸਤੋ, ਇਹ ਪ੍ਰੋਸੈਸਿੰਗ ਲਈ ਥੋੜ੍ਹਾ ਟਾਈਮ ਲੱਗੂਗਾ। ਨੀਚੇ ਇੱਕ ਲੈਫਟ ਸਾਈਡ ਐਕਸਪਲੋਰ ਦੀ ਆਪਸ਼ਨ ਆ, ਇਸ 'ਤੇ ਤੁਸੀਂ ਕਲਿੱਕ ਕਰਨਾ। ਸਕਰੋਲ ਡਾਊਨ ਕਰਕੇ ਤੁਸੀਂ ਡਿਜੀਟਲ ਵੈਲਟ 'ਤੇ ਕਲਿੱਕ ਕਰਨਾ। ਡਿਜੀਟਲ ਵੈਲਟ ਸਭ ਤੋਂ ਨੀਚੇ ਹੈ, ਇਸ 'ਤੇ ਕਲਿੱਕ ਕਰਨਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈ। ਲੌਗਇਨ ਕਰਨ ਲਈ ਤੁਹਾਨੂੰ ਇੱਥੇ ਤੁਹਾਡਾ ਮੋਬਾਈਲ ਨੰਬਰ ਮੰਗਿਆ ਜਾਊਗਾ, ਤੁਸੀਂ ਇਸ 'ਤੇ ਆਪਣਾ ਮੋਬਾਈਲ ਨੰਬਰ ਭਰ ਦੇਣਾ। ਮੋਬਾਈਲ ਨੰਬਰ ਭਰਨ ਤੋਂ ਬਾਅਦ ਸੈਂਡ OTP 'ਤੇ ਕਲਿੱਕ ਕਰਨਾ। ਅੱਧੇ ਮਿੰਟ ਦੇ ਅੰਦਰ ਅੰਦਰ ਤੁਹਾਡੇ ਕੋਲ OTP ਪਹੁੰਚ ਜਾਏਗਾ। ਉਹ OTP ਤੁਸੀਂ ਇਸ 'ਤੇ ਭਰਨਾ, ਜਿਵੇਂ ਕਿ ਮੇਰੇ ਕੋਲ ਦੂਸਰੇ ਨੰਬਰ ਪਰ ਐਸੇ ਮੈਂ ਉਹਦੇ 'ਤੇ OTP ਆ ਗਿਆ ਹੈ। OTP ਭਰਨ ਤੋਂ ਬਾਅਦ ਇੱਥੇ ਲੌਗਇਨ ਨਾਓ 'ਤੇ ਕਲਿੱਕ ਕਰਨਾ। ਦੋਸਤੋ, ਇੱਥੇ ਕਹਿ ਰਿਹਾ ਜਿਹੜਾ ਤੁਸੀਂ ਮੋਬਾਈਲ ਨੰਬਰ ਭਰਿਆ ਹੈ ਉਹ ਤੁਹਾਡੇ ਵੋਟਰ ID ਕਾਰਡ ਨਾਲ ਲਿੰਕ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਵੋਟਰ ID ਕਾਰਡ ਨਾਲ ਲਿੰਕ ਕਰਨਾ ਪਊਗਾ। ਦੋਸਤੋ, ਲਿੰਕ ਕਰਨ ਦੇ ਲਈ ਤੁਹਾਨੂੰ ਆਪਣਾ ਇੱਥੇ ਜੋ ਵੋਟਰ ਕਾਰਡ ਹੈ ਤੁਹਾਡਾ, ਉਹਦਾ ਐਪਿਕ ਨੰਬਰ ਜਾਂ ਸਰਚ ਬਾਏ ਡਿਟੇਲ, ਜਾਣੀ ਕਿ ਨਾਮ, ਫਾਦਰ ਨੇਮ ਵਗੈਰਾ ਭਰ ਕੇ ਤੁਹਾਨੂੰ ਇਹ ਸਰਚ ਕਰਨਾ ਪਵੇਗਾ। ਇਸ ਵਿੱਚ ਅਸੀਂ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਆਪਣਾ ਪਹਿਲੋ ਮੋਬਾਈਲ ਨੰਬਰ ਆਪਣੇ ਵੋਟਰ ID ਨਾਲ ਰਜਿਸਟਰਡ ਕਰ ਸਕਦੇ ਹੋ। ਇਸ ਦੇ ਲਈ ਜਾਂ ਤਾਂ ਤੁਹਾਨੂੰ ਤੁਹਾਡਾ ਵੋਟਰ ID ਕਾਰਡ ਨੰਬਰ ਭਰਨਾ ਪਵੇਗਾ ਜਾਂ ਆਪਣੀ ਡਿਟੇਲ, ਯਾਨੀ ਕਿ ਨਾਮ, ਫਾਦਰ ਨੇਮ, ਏਜ, ਜੈਂਡਰ, ਆਪਣਾ ਡਿਸਟ੍ਰਿਕਟ ਅਤੇ ਆਪਣੀ ਵਿਧਾਨ ਸਭਾ, ਇਹ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਅਪਡੇਟ ਕਰਨੀ ਪਊਗੀ, ਜਿਸ ਤੋਂ ਬਾਅਦ ਤੁਸੀਂ ਆਪਣਾ ਵੋਟਰ ID ਕਾਰਡ ਡਾਊਨਲੋਡ ਕਰ ਸਕਦੇ ਹੋ ਅਤੇ ਤੁਹਾਡੇ ਵੋਟਰ ID ਕਾਰਡ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਵੀ ਲਿੰਕ ਹੋ ਜਾਏਗਾ। ਦੋਸਤੋ, ਧਿਆਨ ਰੱਖਣਾ, ਮੋਬਾਈਲ ਨੰਬਰ ਲਿੰਕ ਕਰਦੇ ਸਮੇਂ ਆਪਣੀ ਡਿਟੇਲ ਪੂਰੀ ਸਹੀ ਭਰੋ ਅਤੇ ਉਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ, ਪਰਸਨਲ ਮੋਬਾਈਲ ਨੰਬਰ ਹੀ ਇੱਥੇ ਅਪਡੇਟ ਕਰੋ, ਜਿਸ ਦੇ ਕਾਰਨ ਤੁਹਾਡੀ ਪੂਰੀ ਡਿਟੇਲ ਸਹੀ ਹੋਵੇ। ਡਿਟੇਲ ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡਾ ਵੋਟਰ ID ਕਾਰਡ ਆ ਜਾਏਗਾ। ਇੱਥੇ ਨੀਚੇ ਇੱਕ ਬਟਨ ਹੈ ਇਟ ਇਜ਼ ਮੀ। ਦੋਸਤੋ, ਅਗਰ ਇਹ ਸਾਰੀ ਜਾਣਕਾਰੀ ਸਹੀ ਹੈ ਤਾਂ ਤੁਸੀਂ ਇਟ ਇਜ਼ ਮੀ 'ਤੇ ਕਲਿੱਕ ਕਰਕੇ ਨੈਕਸਟ ਆਪਸ਼ਨ 'ਤੇ ਜਾ ਸਕਦੇ ਹੋ। ਇਸ ਤੋਂ ਬਾਅਦ ਤੁਹਾਡਾ ਐਪਿਕ ਨੰਬਰ ਆ ਗਿਆ ਹੈ, ਤੁਸੀਂ ਇਸ ਨੂੰ ਯੈਸ ਕਰ ਦਿੱਤੇ ਹੋ, ਥੈਂਕ ਯੂ, ਜਾਣੀ ਕਿ ਤੁਹਾਡਾ ਮੋਬਾਈਲ ਨੰਬਰ ਸਕਸੈਸਫੁਲੀ ਰਜਿਸਟਰਡ ਹੋ ਗਿਆ ਹੈ। ਦੋਸਤੋ, ਇਸ ਤੋਂ ਬਾਅਦ ਤੁਸੀਂ ਓਕੇ ਕਰਨ ਤੋਂ ਬਾਅਦ ਇਹ ਤੁਹਾਡਾ ਵੋਟਰ ID ਕਾਰਡ ਇੱਥੇ ਸ਼ੋ ਹੋ ਗਿਆ ਹੈ। ਦੋਸਤੋ, ਇਹ ਆ ਤੁਹਾਡਾ ਇਲੈਕਟ੍ਰੋਨਿਕ ਡਿਜੀਟਲ ਫੋਟੋ ਵੋਟਰ ਸਲਿੱਪ, ਜਿਸ ਨੂੰ ਤੁਸੀਂ ਕਿਤੇ ਵੀ ਯੂਜ ਕਰ ਸਕਦੇ ਹੋ। ਦੋਸਤੋ, ਨੀਚੇ ਡਾਊਨਲੋਡ ਦੀ ਆਪਸ਼ਨ ਆ, ਇਸ ਨੂੰ ਤੁਸੀਂ ਆਸਾਨੀ ਨਾਲ ਡਾਊਨਲੋਡ ਵੀ ਕਰ ਸਕਦੇ ਹੋ। ਇਹਦੀ ਪਰਮਿਸ਼ਨ ਅਲਾਓ ਕਰਕੇ ਨੀਚੇ ਡਾਊਨਲੋਡ ਦੀ ਆਪਸ਼ਨ 'ਤੇ ਕਲਿੱਕ ਕਰਕੇ ਇਸ ਨੂੰ ਤੁਸੀਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।
ਦੋਸਤੋ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ। ਅਗਰ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਟਾਈਮ ਸਿਰ ਮਿਲਦੀਆਂ ਰਹਿਣ। ਧੰਨਵਾਦ।